ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਲੀਵੁੱਡ ਪਾਲੀਵੁੱਡ ਤੇ ਬਾਲੀਵੁੱਡ ਦੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਹੁਣ ਬਾਲੀਵੁੱਡ ਦੀ ਤਰ੍ਹਾਂ ਪਾਲੀਵੁੱਡ ਨੇ ਵੀ ਪੰਜਾਬੀ ਫਿਲਮੀ ਪਰਦੇ ਤੇ ਹਰ ਹਫਤੇ ਕੋਈ ਨਾ ਕੋਈ ਫਿਲਮ ਉਤਾਰਨ ਦਾ ਮੁਕਾਮ ਹਾਸਲ ਕੀਤਾ ਹੈ ਇਹਨਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀਆਂ ਫਿਲਮਾਂ ਦਾ ਕਾਊਂਟਡਾਊਨ ਫਿਲਮੀ ਰਿਵਿਊ ਹਰ ਹਫਤੇ ਲੈ ਕੇ ਆਉਂਦਾ ਹੈ ਤੁਹਾਡਾ ਆਪਣਾ ਇੰਟਰਨੈਟ ਚੈਨਲ ਫੌਕਸ ਪੰਜਾਬੀ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਹਫਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ ਗੋਲਡ ਸੱਤਿਆਮੇਵ ਜਯਤੇ ਮਿਸਟਰ ਐਂਡ ਮਿਸ 420 ਡਾਕੂਆਂ ਦਾ ਮੁੰਡਾ ਹੈਪੀ ਫਿਰ ਭਾਗ ਜਾਏਗੀ ਫਿਲਮੀ ਪਰਦੇ ਦਾ ਸ਼ਿੰਗਾਰ ਬਣ ਚੁੱਕੀਆਂ ਨੇ ਅਤੇ ਹੁਣ ਗੱਲ ਕਰਦੇ ਹਾਂ ਇਸ ਹਫਤੇ 31 ਅਗਸਤ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ ਜਮਲਾ ਪਗਲਾ ਦੀਵਾਨਾ ਮਰ ਗਏ ਹੋਏ ਲੋਕੋ ਅਤੇ ਛਿੱਤਰੀ ਦੀ ਇਹਨਾਂ ਤਿੰਨਾਂ ਫਿਲਮਾਂ ਵਿੱਚ ਜਮਲਾ ਪਗਲਾ ਦੀਵਾਨਾ ਦੇ ਵਿੱਚ ਧਰਮਿੰਦਰ ਸਨੀ ਦਿਓਲ ਅਤੇ ਬੌਬੀ ਦਿਓਲ ਦੀ ਅਦਾਕਾਰੀ ਤੋਂ ਇਲਾਵਾ ਕਿਰਤੀ ਖਰਬੰਦਾ ਦੇ ਨਾਲ ਨਾਲ ਸਲਮਾਨ ਖਾਨ ਦੀ ਖੂਬਸੂਰਤ ਅਦਾਕਾਰੀ ਵੀ ਨਜ਼ਰ ਆਵੇਗੀ ਪੰਜਾਬੀ ਫਿਲਮਾਂ ਵਿੱਚ ਨਵੀਂ ਜਾਨ ਪਾਉਣ ਵਾਲੇ ਬੀਨੂ ਢਿੱਲੋਂ ਗਿੱਪੀ ਗਰੇਵਾਲ ਗੁਰਪ੍ਰੀਤ ਘੁੱਗੀ ਜਸਵਿੰਦਰ ਭੱਲਾ ਕਰਮਜੀਤ ਅਨਮੋਲ ਦੇ ਨਾਲ ਨਾਲ ਸਪਨਾ ਪੱਬੀ ਇੱਕ ਨਵੇਂ ਕਨਸੈਪਟ ਦੇ ਨਾਲ ਮਰ ਗਏ ਉਹ ਲੋਕੋ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਲਈ 31 ਅਗਸਤ ਦਿਨ ਸ਼ੁੱਕਰਵਾਰ ਨੂੰ ਆ ਰਹੇ ਨੇ ਦੋਸਤੋ ਢਿੱਡੀ ਪੀੜਾਂ ਪਾਉਣ ਵਾਲੀ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਜੇ ਅਜੇ ਤੱਕ ਟਿਕਟਾਂ ਦੀ ਬੁਕਿੰਗ ਨਹੀਂ ਕਰਵਾਈ ਤਾਂ ਕਰਵਾ ਲਓ ਫੌਕਸ ਪੰਜਾਬੀ ਦੀ ਟੀਮ ਤੁਹਾਨੂੰ ਮਿਲੇਗੀ ਸੋਲੀਟੇਅਰ ਸਿਨੇਮਾ ਦੇ ਵਿੱਚ ਉਸ ਤੋਂ ਬਾਅਦ 31 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇੱਕ ਹੋਰ ਹਾਰਰ ਮੂਵੀ ਛੱਤਰੀ ਵਿੱਚ ਸਾਧਨਾ ਕਪੂਰ ਦੇ ਨਾਲ ਨਾਲ ਰਾਜ ਕੁਮਾਰ ਰਾਓ ਪੰਕਜ ਤ੍ਰਿਪਾਠੀ ਅਭਿਸ਼ੇਕ ਬੈਨਰਜੀ ਅਤੇ ਅਪਾਰ ਸ਼ਕਤੀ ਖੁਰਾਨਾ ਵੀ ਆਪਣੀ ਅਦਾਕਾਰੀ ਰਾਹੀਂ ਇੱਕ ਸੁਪਰ ਹਿੱਟ ਹਾਰਰ ਮੂਵੀ ਦੇਣਗੇ ਦੋਸਤੋ ਤੁਸੀਂ ਨਹੀਂ ਭੁੱਲਣਾ ਫਿਲਮ ਦੇਖਣਾ ਅਤੇ ਅਸੀਂ ਲਵਾਂਗੇ ਤੁਹਾਡੇ ਰਿਵਿਊ ਕਿਹੜੀ ਰਹੀ ਸੁਪਰ ਹਿੱਟ ਅਤੇ ਕੌਣ ਰਹੀ ਫਲਾਗ ਬਸ ਸਾਡੇ ਵੱਲੋਂ ਆਖਿਰ ਵਿੱਚ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਸ਼ੁੱਕਰਵਾਰ